ਸਹੁਰੇ ਆ, ਮੇਰੀ ਟਵਿਨਸ ਪ੍ਰੈਗਨੈਂਸੀ ਆ, ਜੇ ਕੱਲ ਨੂੰ ਮੈਨੂੰ ਕੁਛ ਵੀ ਉਡੀਕ ਕੇ ਹੁੰਦਾ ਵਾ, ਡਾਕਟਰ ਨੇ ਰਿਸਕ ਦੱਸਿਆ ਵਾ, ਇਹ ਜ਼ਿੰਮੇਵਾਰ ਹੋ ਗਿਆ, ਅੱਜ ਮੈਨੂੰ ਘਰੋਂ ਕੱਢਦੇ ਪਏ ਨੇ ਇਹ। ਸਹੁਰੇ ਆ, ਮੇਰੀ ਟਵਿਨਸ ਪ੍ਰੈਗਨੈਂਸੀ ਆ, ਜੇ ਕੱਲ ਨੂੰ ਮੈਨੂੰ ਕੁਛ ਵੀ ਉਡੀਕ ਕੇ ਹੁੰਦਾ ਵਾ, ਡਾਕਟਰ ਨੇ ਰਿਸਕ ਦੱਸਿਆ ਵਾ, ਇਹ ਜ਼ਿੰਮੇਵਾਰ ਹੋ ਗਿਆ, ਅੱਜ ਮੈਨੂੰ ਘਰੋਂ ਕੱਢਦੇ ਪਏ ਨੇ ਇਹ। ਗਰਭਵਤੀ ਨੂੰ ਦੇ ਵੱਲੋਂ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਜਾਣਾ ਸੀ, ਸਹੁਰਿਆਂ ਦੇ ਵੱਲੋਂ ਇੰਨਾ ਜ਼ਿਆਦੇ ਤਸ਼ੱਦਦ ਕੀਤਾ ਗਿਆ ਕਿ ਗਰਭਵਤੀ ਮਹਿਲਾ ਦੇ ਗਰਭ ਦੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ, ਜਦਕਿ ਡਿਲੀਵਰੀ ਤੋਂ ਪਹਿਲਾਂ ਦੂਜਾ ਬੱਚਾ ਜ਼ੇਰੇ ਇਲਾਜ ਹੈ, ਔਰ ਮਾਨਸਿਕ ਤੌਰ ਤੇ ਨਵਵਿਹੁਤਾ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਈ, ਜੋ ਇਸ ਵੇਲੇ ਹਸਪੀਟਲ ਦੇ ਵਿੱਚ ਭਰਤੀ ਹੈ। ਦੱਸ ਦਈਏ ਕਿ ਲੜਕੀ ਦੀ ਮਾਂ ਦੇ ਵੱਲੋਂ ਸਹੁਰਿਆਂ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਦੱਸਿਆ ਗਿਆ ਕਿ ਸਹੁਰਾ ਉਸ ਤੇ ਮਾੜੀ ਨਜ਼ਰ ਰੱਖਦਾ ਸੀ, ਸੱਸ ਅਤੇ ਨਣਦਾ ਉਸਦਾ ਘਰ ਨਹੀਂ ਵਸਣ ਦੇ ਰਹੀਆਂ ਸੀ, ਔਰ ਇਹਨਾਂ ਨੇ ਕੁੱਟਮਾਰ ਕਰਨੀ ਨੂੰਹ ਦੇ ਨਾਲ ਸ਼ੁਰੂ ਕਰ ਦਿੱਤੀ। ਹਾਲੇ ਇੱਕ ਸਾਲ ਵੀ ਨਹੀਂ ਹੋਇਆ ਸੀ ਵਿਆਹ ਹੋਏ ਨੂੰ, ਪਹਿਲਾਂ ਹੀ ਇਹਨਾਂ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਦੱਸਦੇ ਕਿ ਲੁਧਿਆਣਾ ਦੇ ਪਿੰਡ ਗੁੱਜਰਵਾਲ ਦੇ ਰਾਜਦੀਪ ਸਿੰਘ ਦੇ ਨਾਲ ਇਹਨਾਂ ਦੀ ਲੜਕੀ ਵਿਆਹੀ ਸੀ, ਚਾਵਾਂ ਚਾਵਾਂ ਦੇ ਨਾਲ ਲੜਕੀ ਦਾ ਵਿਆਹ ਕੀਤਾ ਗਿਆ, ਔਰ ਸਹੁਰਾ ਪਰਿਵਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗਿਆ, ਔਰ ਲੜਕੀ ਨੂੰ ਇੱਕ ਵਾਰ ਇਹਨਾਂ ਨੇ ਘਰੋਂ ਵੀ ਕੱਢ ਦਿੱਤਾ, ਜਿਸ ਦੀ ਵੀਡੀਓ ਖੁਦ ਲੜਕੀ ਦੇ ਵੱਲੋਂ ਬਣਾਈ ਗਈ। ਸੱਸ ਨਣਦਾ ਨੇ ਇਸਦਾ ਘਰ ਵਸਣ ਨਹੀਂ ਦਿੱਤਾ, ਪਹਿਲਾਂ ਵੀ ਇਸ ਨੂੰ ਇੱਕ ਵਾਰ ਘਰੋਂ ਕੱਢਿਆ ਗਿਆ ਸੀ, ਉਸ ਤੋਂ ਬਾਅਦ ਰਾਜ਼ੀਨਾਮਾ ਹੋਇਆ ਕਈ ਵਾਰ, ਫਿਰ ਲੜਕੀ ਆ ਜਿਹੜੀ ਆਪਣੇ ਸਹੁਰੇ ਘਰ ਰਹਿਣ ਲੱਗੀ, ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਨਵ ਵਿਆਹਤਾ ਨੂੰ ਇਹਨਾਂ ਦੇ ਵੱਲੋਂ ਤੰਗ ਪਰੇਸ਼ਾਨ ਕਰਨਾ ਮੁੜ ਤੋਂ ਸ਼ੁਰੂ ਕਰ ਦਿੱਤਾ। ਇਹ ਕਿਹਾ ਕਿ ਜੇਕਰ ਤੂੰ ਲੜਕੀਆਂ ਨੂੰ ਜਨਮ ਦੇਵੇਗੀ ਤਾਂ ਤੈਨੂੰ ਅਸੀਂ ਘਰੋਂ ਕੱਢ ਦੇਵਾਂਗੇ। ਤਾਂ ਇਸ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਸਹੁਰੇ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ। ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੇਰੀ ਬੇਟੀ ਸੀ ਜੀ, ਉਹਦੇ ਜੋੜਵਾ ਬੱਚੇ ਸੀਗੇ। ਕੀ ਨਾਮ ਹੈ ਬੇਟੀ ਦਾ? ਸੰਦੀਪ ਕੌਰ। ਅੱਛਾ। ਉਹਦੇ ਜੋੜਵਾ ਬੱਚੇ ਹੋਣ ਵਾਲੇ ਸੀਗੇ, ਉਹਦਾ 5 ਮਈ ਨੂੰ ਵਿਆਹ ਹੋਇਆ ਸੀਗਾ 2023 'ਚ। ਅਤੇ ਉਹਦੀ ਸੱਸ ਅਤੇ ਸਹੁਰਾ, ਮਤਲਬ ਸਹੁਰਾ ਛੇੜ, ਸੱਸ ਚਲੀ ਗਈ 2 ਕੁ ਮਹੀਨੇ ਬਾਅਦ ਬਾਹਰ, ਵਿਆਹ ਹੋਏ ਤੋਂ ਬਾਅਦ ਸਹੁਰਾ ਛੇੜਛਾੜ ਕਰਨ ਲੱਗ ਗਿਆ ਉਹਦੇ ਨਾਲ, ਬੱਚੀ ਨਾਲ। ਉਹਦੇ ਮਤਲਬ ਰੂਮ 'ਚ ਕਦੇ ਚਲੇ ਜਾਣਾ ਚੁੱਪ ਚਪੀਤਾ, ਕਦੇ ਉਹਦੀ ਰਸੋਈ 'ਚ ਮਗਰ ਚੁੱਪ ਚਪੀਤਾ ਆ ਕੇ ਖੜ ਜਾਣਾ। ਉਹਨਾਂ ਦਾ ਬਾਹਰਲਾ ਘਰ ਸੀ, ਇੱਕ ਪਸ਼ੂ ਵਾਲਾ, ਉੱਧਰ ਰਹਿੰਦਾ ਸੀ, ਜਦੋਂ ਕੋਈ ਨਹੀਂ ਸੀ ਹੁੰਦਾ ਤਾਂ ਚੁੱਪ ਚਪੀਤਾ ਆਉਂਦਾ ਸੀ, ਅੰਦਰ ਵੜਦਾ ਸੀ, ਪਹਿਲਾਂ ਲਾਈਟ ਬੰਦ ਕਰਦਾ ਸੀ। ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗ ਗਈ ਵੀ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ। ਉੱਥੋਂ ਤਾਂ ਉਹਨੇ ਆਪਣੇ ਪਿਓ ਨੂੰ ਜਾ ਕੇ ਦੱਸਤਾ, ਪਿਓ ਕਹਿੰਦਾ ਜੀ ਮੈਂ ਤਾਂ ਬੇਦਾਖਲ ਕਰਤਾ ਵਾਂ। ਅੱਛਾ। ਉੱਥੋਂ ਤਾਂ ਇਹਨਾਂ ਦੀ ਬਸ ਅਣਬਣ ਸ਼ੁਰੂ ਹੋ ਗਈ। ਕੁਛ ਇਹ ਦਾਜ ਤੋਂ ਖੁਸ਼ ਨਹੀਂ ਸੀ, ਵੀ ਦਾਜ ਨਹੀਂ ਲਿਆਈ, ਗੱਡੀ ਹੈ ਗੱਡੀ ਨਹੀਂ ਸੀ ਦਿੰਦੇ ਇਹਨੂੰ, ਕਿਤੇ ਦਵਾਈ ਲੈਣੀ ਸੀ ਮੁੰਡਾ ਲੈ ਕੇ ਜਾਂਦਾ, ਕਿਤੇ ਵੀ ਨਾ ਸਾਡੇ ਕੋਲ ਆਉਂਦਾ ਸੀ, ਨਾ ਛੱਡਣ ਆਉਂਦਾ ਸੀ, ਨਾ ਲੈਣ ਆਉਂਦਾ ਸੀ, ਅਸੀਂ ਛੱਡ ਕੇ ਆਉਂਦੇ ਸੀ, ਅਸੀਂ ਲੈ ਕੇ ਆਉਂਦੇ ਸੀ। ਜੇ ਸਾਡੇ ਕੋਲ ਆ ਜਾਂਦੀ ਸੀ 20-22 ਦਿਨ ਬੈਠੀ ਰਹਿੰਦੀ ਸੀਗੀ, ਅਤੇ ਮੁੜ ਕੇ ਕੋਈ ਲੈਣ ਨਹੀਂ ਸੌਂਦਾ ਸੀ, ਜਾਂ ਛੱਡਣ ਜਾਂਦੇ ਸੀ, ਅਸੀਂ 13 ਛੱਡਣ ਗਏ, 22 ਦਿਨ ਬੈਠੀ ਰਹੀ, ਅਤੇ ਇਹਨਾਂ ਨੇ ਮੂਹਰੇ ਜਿੰਦੇ ਲਾ ਤੇ, ਕਹਿੰਦੇ ਅਸੀਂ ਨਹੀਂ ਪੜਨ ਦੇਣਗੇ। ਫਿਰ ਉੱਥੋਂ ਕਹਿੰਦੇ ਜੀ, ਇਹ ਕਹਿੰਦੀ ਵੀ ਮੇਰੇ ਡਾਕੂਮੈਂਟ ਪਏ ਆ, ਸਾਰਾ ਕੁਛ ਪਿਆ ਵਾ, ਅਤੇ ਕਹਿੰਦੇ ਇੱਥੇ ਤਾਂ ਕੁਛ ਨਹੀਂ ਹੈਗਾ, ਸਾਰਾ ਕੁਛ ਲੈ ਗਈ ਚੱਕ ਕੇ। ਇਹ ਕਹਿੰਦੀ ਮੇਰਾ ਸਾਰਾ ਕੁਛ ਇੱਥੇ ਪਿਆ, ਸਮੇਤ ਪਾਸਪੋਰਟ ਵਗੈਰਾ ਮੇਰਾ ਸਭ ਕੁਛ ਇੱਥੇ ਪਿਆ। ਇਹ ਕਹਿੰਦੀ ਵੀ ਮੈਂ ਨਹੀਂ ਜਾਣਾ, ਮੈਂ ਇੱਥੇ ਰਹੂੰਗੀ, ਵੀ ਇਹਨਾਂ ਦਾ ਕੀ ਮੇਰੇ ਪਾਸੇ ਕਰ ਦੇਣਗੇ। ਫਿਰ ਅਸੀਂ ਸਰਪੰਚ ਕੋਲ ਪਹੁੰਚ ਕੀਤੀ, ਫਿਰ ਸਰਪੰਚ ਨੇ ਰਾਤ ਨੂੰ ਆਇਆ, ਕਹਿੰਦੇ ਜੀ ਉਹ ਤਾਂ ਅੰਮ੍ਰਿਤਸਰ ਚਾਬੀ ਲੈ ਕੇ ਚਲੇ ਗਏ, ਇੱਥੇ ਚਾਬੀ ਹੋਏ ਨੇਗੇ। ਅਤੇ ਜਦੋਂ ਫਿਰ ਅਸੀਂ ਸਰਪੰਚ ਕੋਲ ਪਹੁੰਚ ਕੀਤੀ, ਉੱਥੇ ਬੈਠ ਗਏ, ਇਹਨਾਂ ਦਾ ਇੱਕ ਮੂਹਰੇ ਘਰ ਪੈਂਦਾ ਸੀ, ਉੱਥੇ ਬੈਠ ਗਈ ਬੇਟੀ, ਅਸੀਂ ਉੱਥੇ ਬਿਠਾਤੀ, ਮੈਂ ਵੀ ਬੈਠ ਗਈ, ਮੈਂ ਸ਼ਾਮ ਨੂੰ ਰੋਟੀ ਪਾਣੀ ਘਰੇ ਲੈਣ ਚਲੇ ਗਈ। ਅਤੇ ਅਸੀਂ ਰੋਟੀ ਪਾਣੀ ਲੈ ਕੇ, ਇਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਨੇ ਜਾਣਾ ਨਹੀਂ, ਮੈਂ ਬਿਸਤਰਾ ਵੀ ਚੱਕ ਲਿਆ। ਅਤੇ ਫਿਰ ਜਦੋਂ ਮਾਵਾਂ ਧੀਆਂ ਆ ਗਈਆਂ, ਨਣਦੇ ਦੀ ਅਤੇ ਸੱਸ ਆ ਗਈ, ਆਸਟ੍ਰੇਲੀਆ ਰਹਿੰਦੀਆਂ ਨੇ, ਨਣਦਾਂ ਆਈਆਂ ਹੋਈਆਂ ਸੀ ਉਦੋਂ ਦੋਨੇ, ਇੱਥੇ ਦੂਜੀ ਪ੍ਰਦੀਪ ਆਈ ਹੋਈ ਸੀਗੀ ਅਤੇ ਸੱਸ ਸੀ। ਜਦੇ ਆ ਗਈਆਂ ਆ ਕੇ ਸਰਪੰਚ ਨੇ ਲੋਕ ਖਿਲਾਤਾ, ਲੋਕ ਖਿਲਾ ਕੇ ਇਹਨੇ ਸਮਾਨ ਦਿਖਾਤਾ ਵੀ ਆ ਦੇਖੋ ਮੇਰਾ ਸਮਾਨ ਪਿਆ ਸਾਰਾ, ਵੀ ਮੇਰੇ 'ਤੇ ਇਲਜ਼ਾਮ ਲਾ ਰਹੇ ਆ।
ਅਤੇ ਉੱਥੋਂ ਬਾਅਦ 'ਚ ਕਹਿੰਦਾ ਜੀ ਸਹੁਰਾ ਇਹਦਾ ਕਹਿੰਦਾ ਜੀ ਹੁਣ ਇਹਨੂੰ ਘਰੋਂ ਕੱਢੋ ਵੀ ਹੁਣੇ ਜਾਵੇ ਇਹ ਕਹਿੰਦੀ ਵੀ ਮੈਂ ਨਹੀਂ ਜਾਣ ਗਈ ਮੈਂ ਵਿਆਹ ਕੇ ਆਈ ਹਾਂ ਮੇਰਾ ਹੱਕ ਵਾ ਕਹਿੰਦਾ ਕਿ ਮੇਰੇ ਘਰ 'ਤੇ ਕਬਜ਼ਾ ਕਰਨ ਫਿਰਦੀ ਆ ਮੇਰਾ ਘਰ ਦਾ ਬੇੜਾ ਗਰਕ ਕਰਤਾ ਇਹਨੇ ਮੈਂ ਨਹੀਂ ਰੱਖਣਗੇ ਇਹ ਅਸੀਂ ਜੀ ਉੱਥੇ ਹਾਂਜੀ ਕੁੱਟਮਾਰ ਕਰਦੇ ਸੀ ਮਾਵਾਂ ਧੀਆਂ ਸੀ ਉੱਥੇ ਜਾਂਦੀ ਕਿਸੇ ਨਾ ਕਿਸੇ ਲੋਟ ਰਹੀਆਂ ਇਹਨਾਂ ਨੇ ਜਾਣੀ ਸਾਡੇ ਨਾਲ ਬਹੁਤ ਟੋਰਚਰ ਕੀਤਾ ਰਾਤ ਨੂੰ ਸਾਨੂੰ ਬਹੁਤ ਕੁਛ ਬੋਲਿਆ ਇੰਨੇ ਅਪਸ਼ਬਦ ਬੋਲੇ ਇਹਦੇ ਨਣਦਾਂ ਨੇ ਗੰਦੇ ਜਿਹੜੇ ਅਸੀਂ ਦੱਸ ਨਹੀਂ ਸਕਦੇ ਕੈਮਰੇ 'ਚੋਂ ਹਾਂਜੀ ਕੁੜੀ ਨੂੰ ਕੁੱਟਦੇ ਸੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਅਤੇ ਫਿਰ ਉਦੋਂ ਬਾਅਦ 'ਚ ਮਤਲਬ ਦਾਜ ਪਿੱਛੇ ਗੱਡੀ ਪਿੱਛੇ ਤੰਗ ਕਰਨ ਲੱਗ ਗਏ ਸੀ ਦਵਾਈ ਨਹੀਂ ਦਵਾ ਕੇ ਲਿਆਉਣੀ ਗਈ ਆਪੇ ਲਿਆ ਪੇਕਿਆਂ ਤੋਂ ਲਿਆ ਅਤੇ ਜਿੱਦਾਂ ਦਾ ਬੱਚਿਆਂ ਦਾ ਪਤਾ ਲੱਗ ਗਿਆ ਬੱਚਿਆਂ ਦਾ ਉੱਦਾਂ ਤਾਂ ਇਹਨਾਂ ਨੇ ਬਿਲਕੁਲ ਹੀ ਛੱਡਤੀ ਕੁੜੀ ਮੇਰੀ ਲਿਜਾਣੀ ਧੱਕੇ ਨਾਲ ਅਸੀਂ ਛੱਡ ਗਏ ਫਿਰ ਅਸੀਂ ਇੱਕ ਵਾਰੀ ਸਰਪੰਚ ਦੇ ਨਾਲ ਛੱਡ ਕੇ ਆਉਂਦੀ ਆ ਫਿਰ ਅਸੀਂ ਸਰਪੰਚ ਦੇ ਨਾਲ ਫਿਰ ਛੱਡ ਕੇ ਆਉਂਦੀ ਕੁੜੀ ਛੱਡ ਕੇ ਆਉਂਦੀ ਅਤੇ ਫਿਰ ਉਦੋਂ ਬਾਅਦ 'ਚ ਕਰਦੇ ਕਰਾਉਂਦੇ ਨੇ ਮਤਲਬ ਇਹਦੀ ਇੰਨੀ ਕੁ ਟੈਨਸ਼ਨ ਦਿੱਤੀ ਇਹਨੂੰ ਮੈਂਟਲ ਟੋਰਚਰ ਕੀਤਾ ਇਹਨਾਂ ਨੇ ਮੈਂਟਲ ਟੋਰਚਰ ਦੇ ਨਾਲ ਇਹਦੇ ਮਤਲਬ ਬੋਡੀ ਸਾਰੀ 'ਚ ਪ੍ਰੋਬਲਮ ਆ ਗਈ ਫਿਰ ਇਹਨੂੰ ਮਤਲਬ ਡਾਕਟਰਾਂ ਨੇ ਬੈੱਡ ਰੈਸਟ ਦੱਸਤੀ ਬੈੱਡ ਰੈਸਟ ਅਤੇ ਸੱਸ ਕਹਿੰਦੀ ਸੀ ਬੈੱਡ ਰੈਸਟ ਡਾਕਟਰ ਤਾਂ ਇਵੇਂ ਕਹਿੰਦੇ ਹੁੰਦੇ ਸਵੇਰੇ ਉੱਠ ਕੇ ਤੜਕੇ ਕੰਮ ਕਰ ਸਵੇਰੇ ਉੱਠ ਜਲਦੀ ਉੱਠ ਅਤੇ ਖਾਣਾ ਪੀਣਾ ਜਦੋਂ ਡਾਕਟਰਾਂ ਨੇ ਬੰਦ ਕਰਤਾ ਸੀ ਵੀ ਇਹ ਖਾਣਾ ਪੀਣਾ ਨਹੀਂ ਖਾਣਾ ਗਾ ਉਹ ਦਿੰਦੀ ਸੀ ਉਹਨਾਂ ਨੇ ਮਤਲਬ ਲੂਣ ਮਿਰਚ ਵਗੈਰਾ ਸਾਰਾ ਕੁਛ ਇਹਦਾ ਬੰਦ ਕਰਤਾ ਸੀ ਵੀ ਇਹਨੇ ਕੁਛ ਨਹੀਂ ਖਾਣਾ ਗਾ ਵੀ ਇਹਨੂੰ ਪੀਲੀਏ ਦੀ ਪ੍ਰੋਬਲਮ ਆ ਚੁੱਕੀ ਇਹ ਵੀ ਕੋਮਾ 'ਚ ਹਾਂਜੀ ਇਹ ਬਾਅਦ ਹੀ ਦੱਸਦੇ ਤੁਹਾਨੂੰ ਅਤੇ ਫਿਰ ਕੋਮਾ 'ਚ ਵੀ ਜਾ ਸਕਦੀ ਆ ਇਹ ਕੋਮਾ 'ਚ ਜਾ ਸਕਦੀ ਹੈ ਫਿਰ ਜਦੋਂ ਪੰਡੋਰੀ ਹੋਸਪਿਟਲ ਇਹਦਾ ਇਲਾਜ ਚੱਲਦਾ ਸੀਗਾ ਉਹਨਾਂ ਨੇ ਇਹਨੂੰ ਜਵਾਬ ਦਿੱਤਾ ਉਹ ਕਹਿੰਦੇ ਉਹਨੇ ਰੈਫਰ ਕਰਤਾ ਵੀ ਇਹਨੂੰ ਲੈ ਜਾਓ ਵੀ ਇਹ ਕੋਮਾ 'ਚ ਜਾ ਸਕਦੀ ਆ ਵੀ ਇਹਦੀ ਹਾਲਤ ਬਹੁਤ ਖਰਾਬ ਹੋ ਗਈ ਫਿਰ ਉੱਥੋਂ ਇਹਨਾਂ ਨੇ ਜਾਣੀ ਇਹਨੇ ਜਾਲਾ ਜਦੋਂ ਜ਼ਿਆਦਾ ਹੀ ਮਜਬੂਰ ਕੀਤਾ ਸਾਡੇ ਨਾਲ ਇਹਨਾਂ ਨੂੰ ਮਤਲਬ ਬੋਲਣਾ ਅਤੇ ਸਾਡੇ ਨਾਲ ਗੱਲ ਕਰਨੀ ਬਿਲਕੁਲ ਬੰਦ ਕਰਤੀ ਸੀ ਕੁੜੀ ਦੀ ਵੀ ਮਾਂ ਪਿਓ ਨਾਲ ਗੱਲ ਨਹੀਂ ਕਰਨੀ ਤਾਂ ਫੋਨ ਨਹੀਂ ਕਰਨਾ ਗਾ ਫਿਰ ਇਹਨਾਂ ਨੇ ਜਦੋਂ ਦਾਖਲ ਕਰਾਈ ਇੱਥੇ ਔਰਸਨ 'ਚ ਦਾਖਲ ਕਰਾਈ ਉਹਨਾਂ ਰੈਫਰ ਕੀਤਾ ਸੀ ਪੰਡੋਰੀ ਵਾਲੇ ਨੇ ਰੈਫਰ ਕੀਤਾ ਅਤੇ 18 ਜਨਵਰੀ ਨੂੰ ਇਹਨਾਂ ਨੇ ਦਾਖਲ ਕਰਾ ਦੀ ਫਿਰ ਇੱਥੇ ਕੁੜੀ ਨੂੰ ਟੋਰਚਰ ਕਰਨ ਲੱਗ ਗਿਆ ਕਿ ਛੇਤੀ ਛੁੱਟੀ ਲੈ ਇੱਥੇ ਖਰਚਾ ਹੋ ਰਿਹਾ ਛੇਤੀ ਛੁੱਟੀ ਲੈ ਇੱਕ ਸਾਲ ਤੁਸੀਂ ਕਹਿੰਦੇ ਕੁੜੀ ਰਹੀ ਹੈ ਟੋਟਲ ਵਿਆਹ ਹੋਈ ਨਹੀਂ ਇੱਕ ਸਾਲ 5 ਮਈ 2023 ਦੱਸਿਆ ਤੁਸੀਂ ਵਿਆਹ ਹੋਇਆ ਨੂੰ ਅਸੀਂ ਇਹ ਸੋਚਦੇ ਸੀ ਵੀ ਦੇਖੋ ਇੱਕ ਵਾਰ ਹੁੰਦਾ ਵੀ ਧੀ ਜਦੋਂ ਕੇਰਾਂ ਵਿਆਹ ਤੀ ਵੀ ਚਲੋ ਕੇਰਾਂ ਸੁਧਰ ਜਾਏਗਾ ਹਾਂਜੀ ਫਿਰ ਸਾਨੂੰ ਸਰਪੰਚ ਨੇ ਲੈ ਲਿਆ ਕਲਾ ਵਿੱਚ ਸਰਪੰਚ ਨੇ ਜ਼ਿੰਮੇਵਾਰੀ ਚੱਕ ਲਈ ਇੱਕ ਸਰਪੰਚ ਕੁੜੀ ਵਿਆਹੀ ਕਿਹੜੀ ਜਗ੍ਹਾ ਸੀਗੀ ਗੁੱਜਰਵਾਲ ਕੁਲਦੀਪ ਸਿੰਘ ਨੇ ਤੇ ਇੱਕ ਆਮ ਆਦਮੀ ਦਾ ਸੀ ਰੈਕੋਰਡ ਤੋਂ ਇਹਨਾਂ ਦੇ ਨਾਨਕਿਆਂ ਤੋਂ ਅਜਮੇਰ ਸਿੰਘ ਉਹਨਾਂ ਨੇ ਵਿੱਚ ਬਹਿ ਕੇ ਫੈਸਲਾ ਹਾਂ ਉਹਨਾਂ ਨੇ ਜ਼ਿੰਮੇਵਾਰੀ ਚੱਕ ਲਈ ਹੁਣ ਰੀਸੈਂਟਲੀ ਇਹੋ ਜਿਹਾ ਕੀ ਹੋਇਆ ਕਿ ਕਹਿੰਦੇ ਕੋਈ ਬੱਚੇ ਦੀ ਵੀ ਡੈਥ ਹੋਈ ਆ ਇਹ ਮਾਮਲਾ ਕੀ ਹੋਇਆ ਇਹ ਮਾਮਲਾ ਜੀ ਹੋਇਆ ਜਦੋਂ 18 ਤੋਂ 25 ਜਨਵਰੀ ਤੱਕ ਦਾਖਲ ਰਹੀ ਇੱਥੇ ਔਰਸਨ 'ਚ ਤੁਹਾਨੂੰ ਦੱਸਦੇ ਨਾ ਜਦੋਂ ਇਹ ਘਰ ਗਈ ਆ ਘਰੇ ਗਈ ਤਾਂ ਇਹਨੂੰ ਮਾਰਕੁੱਟ ਕਰਨੀ ਸ਼ੁਰੂ ਕਰਤੀ ਕਹਿੰਦੇ ਜਿਹੜਾ ਬਿੱਲ ਆਇਆ ਵਾ ਜੋ ਇੱਥੇ ਖਰਚਾ ਹੋਇਆ ਵਾ ਕਦੇ 50,000 ਕਦੇ 80,000 ਇਹ ਸਾਨੂੰ ਲਿਆ ਕੇ ਦੇ ਸਾਡਾ ਖਰਚਾ ਹੋ ਗਿਆ ਇੰਨਾ ਕਿਸ ਚੀਜ਼ ਦਾ ਖਰਚਾ ਹੋਇਆ ਜਿਹੜੀ ਦਾਖਲ ਕਰਾਈ ਸੀ ਇਲਾਜ ਦਾ ਹਾਂ ਅਤੇ ਇਹ ਜਦੋਂ ਉੱਥੇ ਮੈਂਟਲ ਟੋਰਚਰ ਕਰਨ ਦਾ ਫਿਰ 3 ਤਰੀਕ ਨੂੰ ਮੈਡਮ ਨੇ ਫਿਰ ਬੁਲਾਇਆ ਸੀ ਔਰਸਨ ਨੇ ਇੱਥੇ ਦਵਾਈ ਨੂੰ ਜਦੋਂ ਉਹਨੇ ਕਿਹਾ ਅਤੇ ਘਰ ਵਾਲੇ ਨੇ ਉਹਦੇ ਨੇ ਖਾਸ ਜਵਾਬ ਦਿੱਤਾ ਕਹਿੰਦਾ ਮੈਂ ਨਹੀਂ ਜਾਣਾ ਦਵਾਈ ਲਿਆ ਚਾਹੇ ਨਾ ਲਿਆ ਅਤੇ ਨਾ ਮੈਂ ਖਰਚਾ ਦੇਣਾ ਜਦੋਂ ਇੱਥੇ ਦਵਾਈ ਲੈ ਕੇ ਗਈ ਇਹਦੇ ਤੋਂ ਬਿੱਲ ਖੋਣਾ ਪਿਆ ਬਿੱਲ ਖੋਲ ਕੇ ਕਹਿੰਦਾ ਸੀ ਬਿੱਲ ਜਦੋਂ ਖੋਲ ਪਿਆ ਇਹਨਾਂ ਦਾ ਹੱਥੋਂ ਪਏ ਇਹਨਾਂ ਨੂੰ ਕੁੱਟਮਾਰ ਕਰਤੀ ਇਹਨੇ ਫਿਰ ਇਹਨੇ ਸਾਨੂੰ ਰੋਂਦੀ ਨੇ ਫੋਨ ਕਰਤਾ ਕਹਿੰਦੀ ਵੀ ਮੈਨੂੰ ਲੈ ਜਾਓ ਕਿਸ ਦਿਨ ਫੋਨ ਕੀਤਾ ਤੁਹਾਨੂੰ ਇਹ ਸਾਨੂੰ 3 ਤਰੀਕ ਨੂੰ ਅੱਛਾ ਜੀ 3 ਤਰੀਕ ਨੂੰ ਜਦੋਂ ਸਾਨੂੰ ਫੋਨ ਕੀਤਾ ਫਿਰ ਸਾਨੂੰ ਇਹਨੇ ਫਿਰ 112 'ਤੇ ਕਾਲ ਕਰਤੀ ਪੁਲਿਸ ਨੂੰ ਠੀਕ ਹੈ ਅਤੇ ਪੁਲਿਸ ਫਿਰ 112 'ਤੇ ਕਾਲ ਕੀਤੀ ਤਾਂ ਪੁਲਿਸ ਗਈ ਪੁਲਿਸ ਨੇ ਜਾ ਕੇ ਇਹਨੂੰ ਛਡਾਇਆ ਪੁਲਿਸ ਨੂੰ ਜਾਣੂ ਅਸੀਂ ਵੀ ਜੋਧਾ ਥਾਣੇ 'ਚ ਪਹੁੰਚ ਗਏ ਜਾਂ ਜੋਧਾ ਥਾਣੇ 'ਚ ਗਏ ਜੋਧਾ ਥਾਣੇ 'ਚ ਸਾਨੂੰ ਪੁਲਿਸ ਵਾਲੇ ਕਹਿੰਦੇ ਕੁੜੀ ਨੂੰ ਲੈ ਕੇ ਆ ਰਹੀ ਹੈ ਪੁਲਿਸ ਗਈ ਹੋਈ ਆ ਅਤੇ ਜਦੋਂ ਪੁਲਿਸ ਉੱਥੋਂ ਖਾਲੀ ਮੁੜਾਈ ਫਿਰ ਅਸੀਂ ਇਹਨਾਂ ਨੂੰ ਪੁਲਿਸ ਨੂੰ ਪੁੱਛਿਆ ਵੀ ਕੁੜੀ ਤਾਂ ਲਿਆਂਦੀ ਨਹੀਂ ਤੁਸੀਂ ਉਸ ਦੌਰਾਨ ਪ੍ਰੈਗਨੈਂਟ ਸੀ ਹਾਂਜੀ ਅਤੇ ਡਿਲੀਵਰੀ ਕਦੋਂ ਹੋਈ ਆ ਡਿਲੀਵਰੀ ਹੋਈ ਆ ਇਹਦੀ ਜੀ ਆਪਣੀ ਆਹ 18 ਮਾਰਚ ਨੂੰ
18 ਮਾਰਚ ਨੂੰ ਡਿਲੀਵਰੀ ਹੋਈ ਆ। ਹਾਂਜੀ, ਜਿਹੜੀ ਡਿਲੀਵਰੀ ਦੇ ਦੌਰਾਨ ਬੱਚਿਆਂ ਨੂੰ ਡੈਥ ਹੋਈ ਆ ਉਹ ਕਦੋਂ ਹੋਈ ਹੈ? ਇਹ 18 ਮਾਰਚ ਨੂੰ ਹੋਈ ਹੈ ਜੀ। 18 ਮਾਰਚ ਨੂੰ ਇਲਾਜ ਦੌਰਾਨ ਹੋਈ? 18 ਮਾਰਚ ਚੱਲਦਾ ਨਾ। ਹਾਂ ਹਾਂਜੀ, 18 ਮਾਰਚ ਬੱਚੇ ਦੀ ਡੈਥ ਵੀ 18 ਮਾਰਚ ਨੂੰ ਹੋਈ। ਹਾਂਜੀ, ਅਸੀਂ ਫਿਰ ਉਸ ਤੋਂ ਬਾਅਦ ਇੱਥੇ ਅਲਟਰਾਸਾਊਂਡ ਵੀ ਕਰਾਇਆ ਵਾ, MLR ਵੀ ਕਟਾਈ ਹੋਈ 3 ਤਰੀਕ ਦੀ ਸਾਡੇ ਸਿਵਲ ਹਸਪਤਾਲ 'ਚ। ਮੇਰੇ ਬੱਚੇ ਪਹਿਲਾਂ ਹੋਏ? ਇੱਕ ਬੱਚਾ ਮਰ ਗਿਆ ਸੀਗਾ, ਇੱਕ ਬੱਚਾ ਮਰਨ ਨਾਲ ਜਦੋਂ ਮਤਲਬ ਇਹਦੀ ਪ੍ਰੋਬਲਮ ਚੱਲ ਰਹੀ ਸੀ ਉਦੋਂ ਦੀ ਪ੍ਰੋਬਲਮ ਚੱਲ ਰਹੀ ਸੀ ਜਦੋਂ ਦੀ ਇਹ 3 ਤਰੀਕ ਦੀ ਹੋਈ। 3 ਮਾਰਚ ਦੋ ਬੱਚੇ ਜੁੜਵਾ ਹੋਏ? ਦੋ ਜੁੜਵਾ। ਇੱਕ ਦੀ ਡੈਥ ਕਦੋਂ ਹੋਈ? ਇਹ ਡੈਥ ਜੀ ਉਹਦੇ ਪੇਟ 'ਚ ਹੀ ਹੋ ਗਈ। ਪੇਟ 'ਚ ਹੋ ਗਈ, ਦੂਸਰੇ ਦੀ ਫੁੱਟ ਮਾਰਦੇ? ਅਤੇ ਉਹ ਪੇਟ ਦੀ ਜਦੋਂ ਡੈਥ ਹੋ ਗਈ ਉਹਦੀ, ਅਤੇ ਫਿਰ ਮੈਡਮ ਨੇ ਜਦੋਂ ਸਕੈਨ ਕੀਤੀ, ਸਕੈਨ ਕਰਕੇ ਮੈਡਮ ਕਹਿੰਦੀ ਵੀ ਇਹ ਬੱਚਾ ਆਪਾਂ ਨੂੰ ਚੱਕਣਾ ਪੈਣਾ, ਵੀ ਇਹਨੂੰ ਮਾਂ ਅਤੇ ਦੂਜੇ ਬੱਚੇ ਨੂੰ ਖਤਰਾ। ਉਹਨਾਂ ਨੇ ਫਟਾਫਟ ਹੀ ਜਾਣੀ ਜੀ, ਅਸੀਂ ਤਾਂ ਦਿਖਾਉਣਾ ਹੀ ਸੀਗੇ, ਉਹਨਾਂ ਨੇ ਫਟਾਫਟ ਹੀ ਉਸੇ ਟਾਈਮ ਆਪਰੇਸ਼ਨ ਕਰਕੇ ਦੂਜਾ ਬੱਚਾ ਬਚਾ ਦਿੱਤਾ। ਦੂਜਾ ਬੱਚਾ ਵੀ ਮਰਿਆ ਹੋਇਆ? ਨਹੀਂ, ਬੱਚਾ ਉਹ ਜਿਉਂਦਾ ਵਾ, ਉਹ ਆਪਣੇ ਉਹਦੇ 'ਚ ਪਿਆ ਵਾ, NOS 'ਚ। ਅੱਛਾ, ਉਹ ਮਤਲਬ ਹਜੇ ਦਾਖਲ ਹੈ ਡਾਕਟਰਾਂ ਦੀ? ਹਾਂ, ਡਾਕਟਰ ਨਿਗਰਾਨੀ 'ਚ, ਨਿਗਰਾਨੀ 'ਚ। ਬੇਟੀ ਦੀ ਕਿੱਦਾਂ ਤਬੀਅਤ ਹੈ ਜਿਹੜੀ? ਬੇਟੀ ਬਸ, ਬੇਟੀ ਦਾ ਕੀ ਦੱਸਣ, ਬੇਟੀ ਮੈਂਟਲੀ ਬਹੁਤ ਪਰੇਸ਼ਾਨ ਹੈ। ਘਰ ਹੈ ਕਿ ਹੋਸਪਿਟਲ? ਨਹੀਂ, ਉਹ ਹੋਸਪਿਟਲ ਆ, ਅਤੇ ਅੱਜ ਮਤਲਬ ਉਹਨੇ ਕੱਲ੍ਹ ਉਹਨਾਂ ਨੂੰ ਮਦਰ ਚੇਅਰ ਮਦਰ ਬੈਡ। ਪਰਿਵਾਰ ਜਿਹਦੇ ਵੱਲੋਂ ਮਾਰਕੁੱਟ ਹੋਈ ਸੀ ਉਹ ਕਿੱਥੇ ਇਸ ਟਾਈਮ? ਉਹ ਇਸ ਟਾਈਮ ਗੁਜਰਵਾਲ ਨੇ। ਮਾਮਲਾ ਇਹਨਾਂ ਦਾ ਆਸ ਸੀ ਘਰੇਲੂ ਕਿਸਮ? ਹਾਂਜੀ, ਆਪਣੇ ਘਰ ਨਾਲ ਰੌਲਾ ਸੀ ਇਹਨਾਂ ਦਾ। ਅੱਛਾ ਜੀ, ਕੁੜੀ ਦਾ। ਅੱਛਾ, ਉਹ ਕਦੇ ਕੁੱਟਮਾਰ ਕਰਦੇ ਹੋਣਗੇ? ਅੱਛਾ, ਪਹਿਲਾਂ ਵੀ ਇੱਕ ਵਾਰੀ ਇਹਨਾਂ ਦਾ ਰਾਜਨਾਮਾ ਹੋਇਆ ਸੀ ਪਿੰਡ ਜੀ ਦੇ ਵਿੱਚ। ਅੱਛਾ, ਉਸ ਦਿਨ ਕਿਤੇ ਹੋਇਆ ਅਤੇ ਇਹਨਾਂ ਨੇ MLR ਕਰਵਾਈ ਆ, ਅਤੇ ਕਾਰਵਾਈ ਕਰਤੀ, ਪਰਚਾ ਰੱਦ ਕੀਤਾ। ਬੱਚਾ ਮਰਿਆ? ਬੱਚਾ ਤਾਂ 2-1.5 ਮਹੀਨੇ ਬਾਅਦ ਪੇਟ 'ਚ ਬੱਚਾ ਸੀਗਾ। ਅੱਛਾ ਜੀ, ਬਾਅਦ 'ਚ ਸਰ ਕਿਹੜੇ ਥਾਣੇ ਦਾ ਮਾਮਲਾ ਇਹ? ਗ੍ਰਿਫਤਾਰ ਪਰਿਵਾਰ ਵਾਲਿਆਂ ਦੀ ਜੋ ਸ਼ਿਕਾਇਤ ਹੈ ਉਸਨੂੰ ਸੁਣਿਆ ਗਿਆ, ਜੋ ਪੁਲਿਸ ਪੇਪਰਸ ਦੇ ਵਿੱਚ ਉਹਨਾਂ ਨੇ ਡਿਮਾਂਡ ਰੱਖੀ ਹੈ ਉਸ ਹਿਸਾਬ ਨਾਲ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਕਰਨ ਉਪਰੰਤ ਕੁਛ ਔਰਗਨਸ ਦੇ ਵਿੱਚ ਜੋ ਚੇਂਜਿਸ ਨਜ਼ਰ ਆਏ ਨੇ, ਜੋ ਡੈਮੇਜ ਉਹਨਾਂ 'ਚ ਨਜ਼ਰ ਆਇਆ, ਉਹ ਮੌਤ ਤੋਂ ਪਹਿਲਾਂ ਕਿਸ ਬਿਮਾਰੀ ਨਾਲ ਪੀੜਿਤ ਰਿਹਾ ਬੱਚਾ, ਉਸ ਵਗੈਰਾ ਚੈੱਕਅਪ ਕਰਨ ਲਈ ਅਸੀਂ ਹਿਸਟੋਪੈਥੋਲੋਜੀ ਚੈੱਕਅਪ ਲਈ ਰਿਕੁਐਸਟ ਭੇਜੀ ਹੈ। ਸੋ ਵਿਸਰਾ ਅਸੀਂ ਰੱਖਿਆ, ਵਿਸਰੇ ਦਾ ਚੈੱਕਅਪ ਕਰਾਂਗੇ, ਕੋਜ਼ ਆਫ ਡੈਥ ਅਸੀਂ ਵਿਸਰੇ ਦੀ ਰਿਪੋਰਟ ਤੋਂ ਬਾਅਦ ਦੇਵਾਂਗੇ ਜੀ। ਅਤੇ ਪਟਿਆਲੇ ਭੇਜੀ ਜਾ ਰਹੀ? ਪਟਿਆਲੇ 'ਚ ਮੈਡੀਕਲ ਕਾਲਜ ਪਟਿਆਲਾ। ਦੂਜਾ, ਸੈਕਿੰਡਲੀ, ਕਿ ਲੱਗਦਾ ਵਾ ਕਿ ਜਿਹੜਾ ਬੱਚਾ ਮਿਸਕੈਰੇਜ ਜਾਂ ਬੱਚਾ ਡੈਡ ਹੋਇਆ ਜੀ, ਇਹ 'ਚ ਕਿਸ ਤਰੀਕੇ ਨਾਲ ਕਾਰਨ ਕੀ ਨਿਕਲ ਸਕਦਾ ਵਾ ਤੁਹਾਨੂੰ ਕੀ ਲੱਗਦਾ? ਜੀ ਜੀ ਜੀ, ਦੇਖੋ ਜੇ ਤੁਸੀਂ ਮੇਰੇ ਤੋਂ ਬਤੌਰ ਡਾਕਟਰ ਪੁੱਛੋਗੇ ਤਾਂ ਇਹਦੇ ਵਿੱਚ ਮੈਟਰਨਲ ਕਾਰਨ ਹੁੰਦੇ ਨੇ, ਕੁਛ ਮਦਰ ਵੱਲੋਂ ਕਾਰਨ ਹੁੰਦੇ ਨੇ, ਕੁਛ ਪਲੇਸੈਂਟਾ ਜੋ ਔਲ ਹੈ ਉਸਦੇ ਨੁਕਸ ਹੋ ਸਕਦੇ ਨੇ, ਕੁਛ ਜੋ ਬੱਚੇ ਦੇ ਗਰੋਥ ਦੇ ਵਿੱਚ ਜੋ ਨੁਕਸ ਆ ਰਹੇ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਫੀਟਲ ਕਾਜ਼ਿਸ ਹੋ ਸਕਦੇ ਨੇ। ਸੋ ਪੋਸਟਮਾਰਟਮ ਐਗਜ਼ਾਮੀਨੇਸ਼ਨ ਦੇ ਵਿੱਚੋਂ ਫੀਟਸ ਦੇ ਵਿੱਚ ਜਿਹੜੇ ਚੇਂਜਿਸ ਮਿਲੇ ਨੇ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਜੀ। ਪਲੇਸੈਂਟਾ ਸਾਡੇ ਕੋਲ ਇਸ ਵਕਤ ਹੈ ਨਹੀਂ, ਹੋਸਪਿਟਲ ਵੱਲੋਂ ਡਿਸਕਾਰਡਡ ਹੈ, ਪਲੇਸੈਂਟਾ ਬਾਰੇ ਕਮੈਂਟ ਨਹੀਂ ਕੀਤਾ ਜਾ ਸਕਦਾ। ਮੈਟਰਨਲ ਰਿਕਾਰਡ ਹਲੇ ਐਗਜ਼ਾਮਿਨ ਕੀਤਾ ਜਾ ਰਿਹਾ। ਸੋ ਇਹ ਸਾਰਾ ਰਿਕਾਰਡ ਵੈਰੀਫਾਈ ਕਰਨ ਤੋਂ ਬਾਅਦ ਹੀ ਇੱਕ ਫਾਈਨਲ ਡਿਸੀਜਨ ਬਣਾਇਆ ਜਾ ਪਾਏਗਾ। ਬਤੌਰ ਡਾਕਟਰ ਐਜ਼ ਏ, ਇੱਦਾਂ ਜਦੋਂ ਕੇਸਿਸ ਹੁੰਦੇ ਨੇ ਜਾਂ ਇੱਦਾਂ ਮਿਸਗੈਰੇਜ ਜਾਂ ਇੱਦਾਂ ਦਾ ਬੱਚਾ ਜੋ ਡੈਡ ਹੁੰਦਾ ਵਾ, ਤਾਂ ਇਹ 'ਚ ਕਾਰਨ ਮੋਸਟਲੀ ਕਿੱਦਾਂ ਦੇ ਨਿਕਲਦੇ ਨੇ, ਕਾਰਨ ਕੀ ਹੁੰਦੇ ਨੇ? ਜਿਵੇਂ ਮੈਂ ਦੱਸਿਆ ਤੁਹਾਨੂੰ ਜੀ, ਕੁਛ ਕਾਰਨ ਮਾਂ ਵੱਲੋਂ ਹੁੰਦੇ ਨੇ ਜਿਹਨੂੰ ਮੈਟਰਨਲ ਕਾਜ਼ਿਸ ਕਹਿੰਦੇ ਆ। ਮਾਂ ਕਿਸੇ, ਹਾਂਜੀ, ਮੈਂਟਲੀ ਸਰ ਜੋ ਸਟ੍ਰੈਸ ਹੈ ਜੋ ਬੱਚੇ ਦੀ ਗਰੋਥ ਹੈ ਉਸਨੂੰ ਹਾਰਮ ਕਰਦੀ ਹੈ, ਜੋ ਬੱਚੇ ਦੀ ਗਰੋਥ ਦੇ ਉੱਤੇ ਅਗਰ ਮਾਂ ਪਰੇਸ਼ਾਨ ਹੋਵੇ ਕੋਈ ਬੱਚਾ ਵੀ ਗਰੋ ਕਰਨ ਤੋਂ ਰੁਕਾਵਟ ਆਉਂਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਖਾਣ ਪੀਣ
ਬੱਚੇ ਦਾ ਮਾਂ ਦਾ ਜੋ ਸਹਿਚਾਰ ਹੈ, ਜੋ ਮਾਂ ਦੀ ਰੂਟੀਨ ਦੀ ਸਿਹਤ ਹੈ, ਇੱਕ ਬੁਖਾਰ ਨਾਲ ਵੀ ਬੱਚੇ ਦੀ ਗਰੋਥ 'ਤੇ ਫਰਕ ਪੈ ਸਕਦਾ। ਇਹ ਗੱਲ ਨੂੰ ਕਹਿਣਾ 100% ਮੁੱਕਰਿਆ ਨਹੀਂ ਜਾ ਸਕਦਾ ਕਿ ਮਾਂ ਅਗਰ ਸਟ੍ਰੈਸਡ ਹੋਵੇ ਤਾਂ ਬੱਚੇ ਦੀ ਗਰੋਥ 'ਤੇ ਫਰਕ ਨਹੀਂ ਪਏਗਾ। ਡੈਥ ਵੀ ਹੋ ਸਕਦੀ ਬੱਚੇ ਦੀ। ਡੈਥ ਵਾਸਤੇ ਮੈਂ ਕਾਰਨ ਜੀ ਸਾਰੇ ਹਲੇ ਦੇਖਣਾ ਚਾਹੂੰਗਾ, ਹਲੇ ਮੈਟਰਨਲ ਕੋਜ਼ਿਜ਼ ਨੂੰ ਅਸੀਂ ਸਟੱਡੀ ਕਰ ਰਹੇ ਹਾਂ।